ਇਹ ਹੈਗਾ ਮੈਸੇਜ ਆਪਣੇ ਤੁਨੂ ਵੀਰ ਨੂੰ, ਆਪਾਂ ਵੀਰ ਨੂੰ ਕੱਢਣਾ ਗੁਲਾਮੀ ਤੋਂ। ਇਹਦਾ ਦਿਮਾਗ ਹੈਂਗ ਹੋ ਜਾਂਦਾ ਜਦੋਂ ਸਾਡਾ ਜਦੋਂ ਜ਼ਿੰਦਗੀ ਨਿਕਲ ਗਈ, ਇਹਦੇ ਤੌਲੇ ਆਉਣੇ ਸ਼ੁਰੂ ਹੋ ਗਏ ਇਹਨੂੰ ਅਕਲ ਨਹੀਂ ਆਈ। ਠੀਕ ਹੈ ਨਾ, ਇਸ ਤਰ੍ਹਾਂ ਕੋਲੇ ਦਾ ਰੱਖ ਕੇ ਥੋੜ੍ਹਾ ਜਿਹਾ ਕੋਲਾ ਰੱਖ ਲਿਆ। ਠੀਕ ਹੈ, ਵੈਲਕਮ ਬੈਕ ਜੀ ਤੁਹਾਡਾ ਸਾਡੇ ਵਲੋਗ ਦੇ ਵਿੱਚ। ਅੱਜ ਨਵੀਂ ਸਵੇਰ ਦੇ ਨਾਲ ਨਵਾਂ ਵਲੋਗ ਸਟਾਰਟ ਕਰਨ ਜਾ ਰਹੇ ਹਾਂ। ਉਹ ਅੰਡੇ ਬੋਇਲ ਹੋ ਚੁੱਕੇ ਆ ਅਤੇ ਬ੍ਰੇਕਫਾਸਟ ਦਾ ਟਾਈਮ ਆ, ਮਤਲਬ ਸ਼ਾਮ ਹੋ ਗਈ ਆ। ਬਸ ਡੋਇੰਗ ਆਫ ਮੰਡ ਖਾ ਰਹੇ ਹਾਂ। ਓਕੇ, ਇਹ ਸਾਡੇ ਬਰਗਰ ਬੱਚੇ ਨੇ, ਮੈਂ ਚਾਹੁੰਦਾ ਲੇਕਿਨ ਦੇਸੀ ਬਣ ਟਰਾਈ ਸਾਡੀ ਇਹ ਵੀ, ਇਹ ਮਤਲਬ ਬਰਗਰ ਕੈਟੇਗਰੀ 'ਚੋਂ ਨਿਕਲ ਕੇ ਦੇਸੀਆਂ 'ਚ ਆਉਣ ਜਲਦ ਤੋਂ ਜਲਦ। ਸਾਨੂੰ ਵੀ ਚਾਹੀਦਾ ਕਿ ਸਾਡੇ ਜਵਾਕ ਦੇਸੀ ਔਰ ਦੇਸੀ ਭਾ ਦੇਸੀ ਭਾਸ਼ਾ ਜਮਾਂ ਹੀ, ਲੇਕਿਨ ਦੇਸੀ ਹੀ ਬਣਨਗੇ, ਇਹ ਗਰੰਟੀ ਆ। ਵਲੋਗ ਆਪਣਾ ਸਟਾਰਟ ਕਰ ਲਿਆ ਅਤੇ ਅੱਜ ਦੀ ਜਿਹੜੀ ਐਕਟੀਵਿਟੀ ਹੋਣੀ ਆ, ਛੋਟਾ ਗਿਆ ਹੋਇਆ ਕੰਮ 'ਤੇ ਹੈ ਅਤੇ ਮੈਂ ਘਰ ਸੀਗਾ, ਮੈਂ ਜਾਣਾ ਵਾ ਰਾਤ ਨੂੰ, ਹੈ ਨਾ। ਦੇਖਦੇ ਹਾਂ ਆਪਾਂ ਸਾਰਾ ਹਿਸਾਬ ਕਿਤਾਬ ਲਾ ਕੇ ਜੋ ਵੀ ਐਕਟੀਵਿਟੀ ਹੋਈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਸਾਂਝੀ ਕਰਾਂਗੇ। ਅਤੇ ਗੱਲ ਹੈਗੀ ਇੱਦਾਂ, ਕੱਲ੍ਹ ਦਾ ਗਾਣਾ ਰਿਲੀਜ਼ ਹੋਇਆ, ਸੌਂਗ ਰਿਲੀਜ਼ ਹੋਇਆ ਬਾਈ ਸਿੱਧੂ ਮੂਸੇਵਾਲੇ ਦਾ, ਅਤੇ ਯਾਰ ਉਹਦੇ ਬਾਰੇ ਮਤਲਬ ਕੱਲ੍ਹ ਵੀ ਅਸੀਂ ਬੋਲੇ ਹਾਂ ਆਪਦੇ ਵਲੋਗ ਦੇ ਵਿੱਚ, ਕੱਲ੍ਹ ਵਾਲਾ ਵਲੋਗ ਹੁਣ ਅਪਲੋਡ ਕਰ ਦੇਣਾ ਮੈਂ। ਅਤੇ ਜਦੋਂ ਛੋਟਾ ਆ ਗਿਆ ਉਹਦੇ ਫੋਨ 'ਚ ਥੋੜ੍ਹੀਆਂ ਕਲਿੱਪ ਹੈਗੀਆਂ ਨੇ, ਅਤੇ ਅੱਜ ਵੀ ਉਹਨੂੰ ਆਉਣ ਦਿਉ, ਦਿਲ 'ਚ ਗੱਲਾਂ ਨੇ ਯਾਰ ਬਾਈ ਸਿੱਧੂ ਮੂਸੇਵਾਲੇ ਲਈ, ਅਤੇ ਉਦੋਂ ਆਪਾਂ ਗੱਲਾਂ ਸ਼ੇਅਰ ਕਰਦੇ ਹਾਂ। ਠੀਕ ਆ, ਹੈ ਨਾ, ਗੱਲ ਉਹ ਮਤਲਬ ਦਿਲ 'ਚੋਂ ਨਿਕਲਣ ਵਾਲੀਆਂ ਨਹੀਂ ਹੈਗੀਆਂ ਸਾਰੀਆਂ ਗੱਲਾਂ। ਬਾਕੀ ਮਾਹੌਲ ਸਾਰਾ ਠੀਕ ਆ, ਦੁਬਈ ਦੇ ਵਿੱਚ ਆਲ ਓਕੇ ਆ, ਤੁਸੀਂ ਦੱਸੋ ਜਿੱਥੇ ਵੀ ਰਹਿੰਦੇ ਹੋ, ਜੋ ਵੀ ਸਾਡੇ ਵਲੋਗ ਦੇਖਦਾ, ਵਲੋਗਸ ਥੋੜ੍ਹੇ ਘੱਟ ਸਾਡੇ ਵਿਊ ਆਉਂਦੇ ਨੇ, ਓਕੇ ਨੋ ਪ੍ਰੋਬਲਮ, ਹੌਲੀ ਹੌਲੀ ਵੱਧ ਜਾਣਗੇ ਕਿਉਂਕਿ ਅਸੀਂ ਵੀ ਕੰਟੀਨਿਊ, ਸਾਡਾ ਗੈਪ 3-4 ਦਿਨ ਦਾ ਪੈ ਜਾਂਦਾ ਵਾ। ਟਰਾਈ ਕਰਾਂਗੇ ਅਸੀਂ ਡੇਲੀ ਵਲੋਗ ਪਾਈਏ, ਡੇਲੀ ਐਂਟਰ ਹੋਈਏ। ਹੁਣ ਮੈਂ ਥੋੜ੍ਹਾ ਇਨੀਸ਼ੀਏਟਿਵ ਲਿਆ ਵਾ, ਕੱਲ੍ਹ ਵੀ ਵਲੋਗ ਬਣਾਇਆ, ਹੁਣ ਵੀ ਬਣਾ ਰਿਹਾ, ਅੱਜ ਵੀ, ਅਤੇ ਪਰਸੋਂ ਵੀ ਮੇਰੀ ਟਰਾਈ ਰਹੂਗੀ ਬਣਾਉਣ ਦੀ। ਜੋ ਵੀ ਮਤਲਬ ਐਕਟੀਵਿਟੀ ਹੋ ਰਹੀ ਆ, ਘਰ ਘਰੇ ਜਾਵਾਂ ਬਾਹਰ ਜਾਵਾਂ ਜਾਂ ਕਿਤੇ ਵੀ, ਤੁਸੀਂ ਮੇਰੇ ਨਾਲ ਜਾਓਗੇ। ਟਰਾਈ ਇਹੀ ਹੈ ਕਿ ਆਪਾਂ ਡੇਲੀ ਵਲੋਗ ਅਪਲੋਡ ਕਰ ਲਈਏ, ਸਹੀ ਆ। ਚਲੋ ਠੀਕ ਆ, ਹੁਣ ਦਾ ਕਲਿੱਪ ਮੈਂ ਕਰਦਾ ਆਫ, ਫਿਰ ਨੈਕਸਟ ਆਪਾਂ ਵੀਡੀਓ 'ਚ ਮਿਲਦੇ ਹਾਂ। ਬਸ ਨਹਾ ਧੋ ਕੇ ਆਪਾਂ ਫਰੈਸ਼ ਹੋ ਗਏ ਹਾਂ, ਠੀਕ ਆ, ਅਤੇ ਬ੍ਰੇਕਫਾਸਟ ਆਪਣਾ ਰੈਡੀ ਆ, ਬੋਇਲਡ ਐਗ ਅਤੇ ਹੋ ਗਈ ਚਾਹ, ਮਤਲਬ ਬਲੈਕ ਕੌਫੀ। ਅੱਜ ਕੈਮਰਾਮੈਨ ਯੂਨੀਕ ਕੈਮਰਾਮੈਨ ਆ ਸਾਡਾ, ਅਤੇ ਆਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ। ਨਹਾਵਾਂ ਧੋਵਾਂ ਜਾਂ ਕੁਛ ਵੀ ਮਰਜ਼ੀ ਕਰ, ਜਦੋਂ ਮੈਂ ਘਰੇ ਆਵਾਂ ਤਾਂ ਮੈਨੂੰ ਊਦ ਲੱਗੀ ਹੋਣੀ ਚਾਹੀਦੀ ਹੈ, ਇਹ ਮੇਰੀ ਫਸਟ ਪ੍ਰੈਫਰੈਂਸ ਆ ਘਰੇ ਗੁੱਡ ਸਮੈਲ ਲਈ, ਠੀਕ ਹੈ। ਅਤੇ ਇਹਦੇ ਲਈ ਆਪਾਂ ਯੂਜ਼ ਕਰਦੇ ਹੁੰਦੇ ਹਾਂ। ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਬ੍ਰੇਕਫਾਸਟ ਤੋਂ ਬਾਅਦ, ਬ੍ਰੇਕਫਾਸਟ ਕਰਨਾ ਵਾ, ਅਤੇ ਬਾਕੀ ਊਦ ਦਾ ਤੁਹਾਨੂੰ ਮੈਂ ਪ੍ਰੋਸੈਸ ਦਿਖਾ ਦਿੰਦਾ। ਇੱਧਰ ਦੀ ਲੈ ਕੇ ਆ ਬਈ ਊਦ, ਅਤੇ ਇੱਥੋਂ ਟਿਸ਼ੂ ਕਰਨਾ, ਟਿਸ਼ੂ ਫੜਾਏ, ਥੋੜ੍ਹੀ ਪਾਈ ਹੋਈ ਆ, ਅਤੇ ਕੋਲਾ ਯੂਜ਼ ਕਰਦੇ ਹਾਂ, ਕੋਲਾ ਮਿਲ ਜਾਂਦਾ ਹੁੰਦਾ ਵਾ, ਹੈ ਨਾ। ਇਹ ਊਦ ਰੀਸੈਂਟਲੀ ਅਸੀਂ ਲੈ ਕੇ ਆਏ ਸੀ 2 ਹਫ਼ਤੇ ਪਹਿਲਾਂ, ਇਸ ਤਰ੍ਹਾਂ ਦੇ ਡਿਜ਼ਾਇਨ ਦੇ ਵਿੱਚ ਟਿੱਕੀਆਂ, ਅਤੇ ਜ਼ਿਆਦਾ ਨਹੀਂ, ਆਹ ਜਿਹੜੇ ਛੋਟੇ ਛੋਟੇ ਪੀਸਿਸ ਪਏ ਨੇ, ਆਹ ਜਿਹੜੇ ਛੋਟੇ ਛੋਟੇ ਪੀਸਿਸ ਪਏ ਨੇ, ਅਤੇ ਇਹਨਾਂ ਨੂੰ ਚੱਕੋ, ਚੱਕ ਕੇ ਅਤੇ ਕੋਲੇ 'ਤੇ ਰੱਖ ਦਿਉ, ਠੀਕ ਹੈ। ਕੈਮਰਾਮੈਨ ਇੱਧਰ ਲੈ ਕੇ ਆਓ, ਹਾਂ ਠੀਕ ਹੈ ਨਾ। ਇਸ ਤਰ੍ਹਾਂ ਕੋਲੇ 'ਤੇ ਰੱਖ ਕੇ ਥੋੜ੍ਹਾ ਜਿਹਾ ਕੋਲਾ, ਵੱਡੀ ਟਿੱਕੀ ਹੁੰਦੀ ਹੈ ਕੋਲੇ ਦੀ ਰਾਊਂਡ, ਅਤੇ ਉਹਨੂੰ ਅੱਧਾ ਕਰ ਲਓ, ਫਿਰ ਆਪਣਾ ਲੰਬਾ ਟਾਈਮ ਚਲਾਉਂਦਾ ਕੰਮ ਇਹ। ਇਹਨੂੰ ਫਿਰ ਇਸ ਤਰ੍ਹਾਂ ਰੱਖੋ, ਇਹ ਵੀ ਧਿਆਨ ਰੱਖਣਾ ਉੱਪਰ ਸਮੋਕ ਡਿਟੈਕਟਰ ਲੱਗਿਆ ਹੋਇਆ, ਠੀਕ ਹੈ। ਆਹ ਕੈਮਰਾਮੈਨ ਨੇ ਆਪਾਂ ਨੂੰ ਕੋਲਾ ਫੜਾਤਾ, ਆਹ ਕੋਲਾ ਮਿਲਦਾ ਹੁੰਦਾ, ਕੋਲੇ ਦਾ ਆਪਾਂ ਤੁਹਾਨੂੰ ਦਿਖਾ ਦਈਏ, ਇੱਦਾਂ ਪੀਸ ਕਰ ਲੈਂਦੇ ਹੁੰਦੇ, ਰਾਊਂਡ ਹੁੰਦਾ ਆਈ ਛੋਟੇ ਛੋਟੇ ਪੀਸ, ਅਤੇ ਚੱਲ ਜਾਂਦਾ ਕਾਫੀ ਟਾਈਮ ਤੱਕ ਇਹ ਚੀਜ਼। ਔਰ ਤੁਹਾਡੇ ਘਰ ਦੇ ਵਿੱਚੋਂ ਹੈ ਨਾ, ਅਤੇ ਅੱਛੀ ਸਮੈਲ ਆਉਂਦੀ ਹੈ ਫਿਰ, ਠੀਕ ਹੈ। ਇਹ ਚੀਜ਼ ਮੈਨੂੰ ਚੰਗੀ ਲੱਗਦੀ ਹੈ, ਧੂੰਆਂ ਚੜ੍ਹ ਗਿਆ, ਇਹ ਚੀਜ਼ ਮੈਨੂੰ ਚੰਗੀ ਲੱਗਦੀ ਆ, ਮਤਲਬ ਸਾਰਿਆਂ ਨੂੰ ਚੰਗੀ ਲੱਗਦੀ ਹੋਣੀ ਹੈ, ਮੈਂ ਥੋੜ੍ਹਾ ਜ਼ਿਆਦਾ ਅਡਿਕਟਡ ਆ ਇਹਦਾ, ਇਹੀ ਚੀਜ਼ ਆ। ਮਤਲਬ ਇਹ ਹੈ ਵੀ ਤੁਸੀਂ ਵੀ ਅਗਰ ਇਹਨੂੰ ਯੂਜ਼ ਕਰੋ, ਕਿਤੇ ਵੀ ਬੈਠੇ ਹੋ, ਇੰਡੀਆ 'ਚ ਬੈਠੇ ਹੋ, ਦੁਬਈ 'ਚ ਬੈਠੇ ਹੋ, ਤਾਂ ਮਸਟ ਵੀ ਹੋਣੀ ਚਾਹੀਦੀ ਹੈ ਘਰ ਦੇ ਵਿੱਚ। ਚਲੋ ਠੀਕ ਆ ਜੀ, ਹੁਣ ਆਪਣਾ ਬ੍ਰੇਕਫਾਸਟ ਹੋ ਗਿਆ ਰੈਡੀ, ਅਤੇ ਹੁਣ ਮੈਂ ਖਾ ਲਾਂ, ਹੈ ਨਾ, ਫਿਰ ਤੁਹਾਨੂੰ ਮਿਲਦੇ ਹਾਂ
ਬ੍ਰੇਕਫਾਸਟ ਤੋਂ ਬਾਅਦ ਲਿਆ ਵੀ ਤੁਹਾਨੂੰ ਮੈਂ ਮਿਲਾਦਾ ਇੱਕ ਬੰਦੇ ਨਾਲ ਜਿਹੜਾ ਹੁਣੀ ਹੁਣੀ ਆਇਆ ਹੁਣੀ ਆਇਆ ਬੋਲੋ ਦਿਮਾਗ ਹੈ ਜਦੋਂ ਸਡਨਲੀ ਕੈਮਰਾ ਤੇ ਪੂਰੇ ਮਾਰੇ ਲੱਗਦਾ ਕੀ ਬੋਲੋ ਹਾਂ ਬੋਲ ਕੁਛ ਨਹੀਂ ਪਤਾ ਲੱਗਣਾ ਯਾਰ ਮੈਂ ਕਿਹਾ ਲੋਕਾਂ ਨੂੰ ਦੱਸਿਆ ਮੇਰਾ ਭਰਾ ਕੰਮ ਤੇ ਗਿਆ ਹੋਇਆ ਹੈ ਤੇ ਆਉਣ ਵਾਲਾ ਉਹਦੇ ਆਏ ਤੇ ਆਪਾਂ ਵਲੌਗ ਸਟਾਰਟ ਕਰਨਾ ਤੇ ਮੈਂ ਆਉਂਦਾ ਹੀ ਫਿਰ ਤੈਨੂੰ ਮੈਂ ਕੈਮਰਾ ਚੱਕ ਲਿਆ ਦੱਸ ਤਾਂ ਸਹੀ ਕਿਉਂਕਿ ਹਾਲ ਚਾਲ ਤਾਂ ਪੁੱਛ ਲਿਆ ਯਾਰ ਇੰਨੇ ਦਿਨਾਂ ਬਾਅਦ ਤੂੰ ਕੈਮਰੇ ਤੇ ਆਇਆ ਲੋਡਲਾ ਟੈਨਸ਼ਨ ਨਾਲ ਬੰਦੇ ਦਾ ਕੁਛ ਨਹੀਂ ਹੋ ਸਕਦਾ ਜ਼ਿੰਦਗੀ ਨਿਕਲ ਗਈ ਇਹਦੇ ਤੌਲੇ ਆਉਣੇ ਸ਼ੁਰੂ ਹੋ ਗਏ ਇਹਨੂੰ ਅਕਲ ਨਹੀਂ ਆਈ ਚੱਲ ਠੀਕ ਆ ਅਤੇ ਪਾਣੀ ਪੂਣੀ ਪੀ ਰਿਹਾ ਬੰਦਾ ਹੁਣ ਅਤੇ ਫਿਰ ਆਪਾਂ ਵਲੌਗ ਆਪਣਾ ਕੰਟੀਨਿਊ ਉਹ ਚੱਲਦਾ ਉਹ ਦੇਖੋ ਇਹ ਸਾਡੀ ਐਡਵਰਟਾਈਜ਼ਮੈਂਟ ਚੱਲਦੀ ਰਹਿੰਦੀ ਆਲਵੇਜ਼ ਸਾਡੇ ਵਲੌਗਾਂ ਦੇ ਵਿੱਚ ਹੈ ਨਾ ਅਤੇ ਸਾਨੂੰ ਹਾਂ ਸਲਿਮ ਹਾਲ ਚਾਲ ਤਾਂ ਸੁਣਾ ਵੀ ਵਧੀਆ ਯਾਰ ਕਿਵੇਂ ਰਿਹਾ ਤੇਰਾ ਦਿਨ ਅੱਜ ਦਾ ਹੈ ਡੈਡੀ ਨਾਲ ਗੱਲ ਕਰਕੇ ਹਟਿਆ ਯਾਰ ਅੱਜ ਮੈਂ ਹੋ ਗਿਆ ਮੈਨੂੰ ਘੰਟਾ ਕਰ ਦੇਣ ਗੱਲ ਬਹੁਤ ਟਾਈਮ ਹੋ ਗਿਆ ਗੱਲ ਕੀਤੀ ਨਹੀਂ ਸੀ ਡੈਡੀ ਨਾਲ ਫਿਰ ਮੈਂ ਕਿਹਾ ਨਹੀਂ ਯਾਰ ਪਿਓ ਆ ਸਾਡਾ ਅਤੇ ਗੱਲ ਕਰਨੀ ਬਣਦੀ ਹਾਂ ਅਤੇ ਇੱਦਾਂ ਗੱਲਾਂ ਤਾਂ ਉਹ ਗੱਲਾਂ ਉਹਨੇ ਗਾਲਾਂ ਹੀ ਕੱਢੀਆਂ ਤੂੰ ਗੱਲਾਂ ਉਹ ਲੈ ਉਹ ਹੈਂਗ ਹੋ ਜਾਂਦਾ ਵਿਚਾਰਾ ਉਹਨੂੰ ਉਹਨੂੰ ਥੋੜ੍ਹਾ ਜਿਹਾ ਫਰੈਸ਼ ਹੋਣ ਦਿਉ ਫਿਰ ਉਹਦੇ ਨਾਲ ਵਾਰਤਾਲਾਪ ਕਰਦੇ ਹੋਰ ਕਿਵੇਂ ਰਿਹਾ ਉਹਦਾ ਦਿਨ ਲਓ ਵੀ ਮਿੱਤਰੋ ਰੈਡੀ ਆਪਾਂ ਹੋ ਗਏ ਹਾਂ ਅਤੇ ਹੁਣ ਮੈਂ ਜਾਣਾ ਥੋੜ੍ਹਾ ਉਹ ਕੀ ਹੋ ਗਿਆ ਅਤੇ ਹੁਣ ਆਪਾਂ ਚੱਲੀਏ ਥੋੜ੍ਹਾ ਕੰਮ ਆਹ ਲਾਈਟ ਔਨ ਕਰੀ ਥੋੜ੍ਹਾ ਕੰਮ ਜਿਹਾ ਬਾਹਰ ਕਿਉਂ ਅਸਲੀ ਹੁਣ ਚੱਲੀਏ ਫਿਰ ਹੈ ਨਾ ਲੈਮਨ ਸ਼ੂਜ਼ ਪਾਉਣ ਦੇ ਫਿਰ ਸਾਡਾ ਫੇਵਰੇਟ ਪਲੇਸ ਸਾਡੀ ਪਾਰਕਿੰਗ ਆਲਵੇਜ਼ ਸਾਡੇ ਵਲੌਗ ਇੱਥੋਂ ਸ਼ੁਰੂ ਹੁੰਦੇ ਆ ਅਤੇ ਆਪਾਂ ਚੱਲਿਆ ਕੰਮ ਥੋੜ੍ਹਾ ਜਿਹਾ ਕੰਮ ਨਿਬੜ ਲਈਏ ਕੰਮ ਬਾਹਰਲੇ ਕਰਨੇ ਵੀ ਜ਼ਰੂਰੀ ਹੋ ਜਾਂਦੇ ਨੇ ਗੱਡੀਆਂ ਆਉਂਦੀਆਂ ਨੇ ਸਹੀ ਧਿਆਨ ਨਾਲ ਰੋਕੇ ਨਾ ਗਏ ਕਿ ਆਪਾਂ ਗੱਡੀ ਦੇ ਵਿੱਚ ਕੰਮ ਕਰਨ ਚੱਲੇ ਹਾਂ ਕੰਮ ਵੀ ਜ਼ਰੂਰੀ ਆ ਕੰਮ ਤੋਂ ਆਏ ਹਾਂ ਕੰਮ 'ਤੇ ਚੱਲੇ ਹਾਂ ਬਸ ਦੁਬਈ ਦੇ ਵਿੱਚ ਦੋ ਗੱਲਾਂ ਕੰਮ ਤੋਂ ਚੱਲੇ ਹਾਂ ਅਤੇ ਕੰਮ ਤੋਂ ਆਏ ਹਾਂ ਬਾਹਰਲਾ ਮਾਹੌਲ ਬਹੁਤ ਘੈਂਟ ਆ ਅੱਜ ਹੈਗੀ ਅੱਜ ਹੈਗਾ ਛੁੱਟੀ ਦਾ ਦਿਨ ਵੀਕਐਂਡ ਹੋ ਗਿਆ ਸਟਾਰਟ ਅਤੇ ਲੇਡੀਜ਼ ਬਹੁਤ ਡੇਂਜਰ ਔਨ ਦਾ ਰੋਡ ਲੇਡੀਜ਼ ਤੁਹਾਨੂੰ ਰੋਡ 'ਤੇ ਗੱਡੀ 'ਚ ਮਿਲੇ ਤੁਹਾਨੂੰ ਰੋਡ 'ਤੇ ਤੁਰਦੀ ਮਿਲੇ ਆਪਦੀ ਗੱਡੀ ਰੋਕ ਲਓ ਸਿੱਧੀ ਸਲਾਹ ਉਹਨੂੰ ਨੰਗ ਲੈਣ ਦਿਓ ਦੂਰ ਜਾ ਲੈਣ ਦਿਓ ਫਿਰ ਆਪਦੀ ਗੱਡੀ ਚਲਾਓ ਲੇਡੀਜ਼ ਵੁਮੈਨ ਧਿਆਨ ਨਾਲ ਐਕਸੀਡੈਂਟ ਤੋਂ ਬਚੋ ਹਾਂ ਹੁਣ ਬੋਲ ਕੇ ਇਹ ਚੀਜ਼ਾਂ ਨੇ ਅਤੇ ਗੱਲ ਹੈਗੀ ਇੱਦਾਂ ਆਪਾਂ ਥੋੜ੍ਹੀਆਂ ਰੀਲਾਂ ਅਪਲੋਡ ਕੀਤੀਆਂ ਨੇ ਯੂਟਿਊਬ 'ਤੇ ਇਹ ਹੈਗਾ ਮੈਸੇਜ ਆਪਣੇ ਟੁੰਨੂ ਵੀਰ ਨੂੰ ਆਪਾਂ ਵੀਰ ਨੂੰ ਕੱਢਣਾ ਗੁਲਾਮੀ ਦੇ ਵਿੱਚੋਂ ਠੀਕ ਆ ਨਹੀਂ ਨਿਕਲਣਾ ਨਿਕਲੂ ਤੂੰ ਕੱਢਣ ਨੂੰ ਕਹਿੰਦਾ ਬਟ ਉਹਦੇ ਗੁਲਾਮੀ ਸਟੈਂਪ ਇੱਥੇ ਲਿਖੀ ਪਈ ਗੁਲਾਮੀ ਗੁਲਾਮੀ ਬਲੱਡ 'ਚ ਵੜ ਗਈ ਹੈ ਹਾਂ ਉਹਦੇ ਹੋ ਗਿਆ ਕੰਮ ਉਹ 'ਚੋਂ ਨਹੀਂ ਨਿਕਲਣੀ ਨਹੀਂ ਨਿਕਲ ਲਾ ਲੈਣਾ ਜ਼ੋਰ ਲਾਵਾਂਗੇ ਤੇਰੇ ਕਹਿਣ 'ਤੇ ਫੁੱਲ ਜਿਵੇਂ ਆਪਣਾ ਲੱਗਿਆ ਹੋਇਆ ਵਾ ਜ਼ੋਰ ਲਾਵਾਂ ਲੋਕਾਂ ਦੀ ਵੀ ਸਪੋਰਟ ਬਹੁਤ ਆ ਬਈ ਬਾਈ ਟੁੰਨੂ ਨੂੰ ਕੱਢਣਾ ਇੰਨੇ ਕਮੈਂਟ ਮਿਲਦੇ ਆ ਨਾ ਬਾਈ ਸਪੋਰਟ ਚ ਆ ਬਾਈ ਲੱਗੇ ਰਹੋ ਆਪਾਂ ਟੁੰਨੂ ਨੂੰ ਗੁਲਾਮੀ ਚੋਂ ਕੱਢਾਂਗੇ ਬਟ ਇੱਕ ਜਿਹੜਾ ਦਿਲ ਚ ਆ ਨਾ ਮੈਂ ਜਦੋਂ ਅਗਲੀ ਵੀਡੀਓ ਚ ਆਪਾਂ ਉਹਦਾ ਮੂੰਹ ਦੇਖ ਲੈਣਾ ਉਹ ਫਿਰ ਇੱਥੇ ਲਿਖਿਆ ਗੁਲਾਮੀ ਮੈਨੂੰ ਨੀ ਲੱਗਦਾ ਬਈ ਆਪਾਂ ਨੂੰ ਐਂ ਕਰਦੇ ਆ ਥੋੜਾ ਜਿਹਾ ਹੋਰ ਬੂਸਟ ਕਰਦੇ ਆ ਠੀਕ ਆ ਠੀਕ ਆ ਤੇ ਜੇ ਨਹੀਂ ਟੁੰਨੂ ਗੁਲਾਮੀ ਚੋਂ ਨਿਕਲਿਆ ਤਾਂ ਫਿਰ ਮੈਂ ਹਾਰ ਮੰਨਾਂਗਾ
ਫਿਰ ਮੈਂ ਆਦੇ ਹਥਿਆਰ ਸੁੱਟੂਗਾ ਤੈਨੂੰ ਮੰਨਣੀ ਪੈਣੀ ਹੈ ਹੈ ਮੈਨੂੰ ਲੱਗਦਾ ਮੰਨਣੀ ਹਾਂ ਪਰ ਉਹਦੇ ਲਿਖੀ ਗਈ ਹੈ ਦੋ ਚਾਰ ਦਿਹਾੜੇ ਤਾਂ ਆਪਾਂ ਲਾ ਟਰਾਈ ਜ਼ਰੂਰ ਕਰਾਂਗੇ ਟਰਾਈ ਕਰਨੀ ਪੈਣੀ ਆ ਤੇ ਤੁਸੀਂ ਵੀ ਜਾ ਕੇ ਦੇਖ ਲਓ ਇੰਸਟਾ ਤੇ ਸਾਰਾ ਕੁਛ ਆਪਣਾ ਇੰਸਟਾਗ੍ਰਾਮ ਦੀ ਇਹਦੀ ਆਈ ਡੀ ਹੈਗੀ ਆ ਸੈਲ ਐਸ ਏ ਐਲ ਤੇ ਡੂਬਰੋ ਵਲੋਗ ਮਾਰੋ ਡੀ ਯੂ ਬੀ ਆਰ ਓ ਵਲੋਗ ਸਾਰੀ ਆਈ ਡੀ ਹੈਂਡਲ ਇਹੀ ਆਪਣਾ ਠੀਕ ਆ ਡੂਬਰੋ ਵਲੋਗ ਇੰਸਟਾ 'ਤੇ ਵੀ ਆ ਡੂਬਰੋ ਵਲੋਗ ਯੂਟਿਊਬ 'ਤੇ ਹੀ ਆ ਡੂਬਰੋ ਵਲੋਗ ਫੇਸਬੁੱਕ 'ਤੇ ਵੀ ਆ ਪੇਜ ਆਪਣਾ ਠੀਕ ਆ ਅਤੇ ਇਹਦੀ ਪਰਸਨਲ ਆਈ ਡੀ ਆ ਸੈਲ ਮੁਹੰਮਦ ਐਸ ਏ ਐਲ ਹੈ ਨਾ ਜਾ ਕੇ ਦੇਖ ਲਿਓ ਚੈੱਕ ਕਰ ਲਿਓ ਅਤੇ ਹੋਰ ਵੀ ਰੀਲਸ ਆਉਂਦੀਆਂ ਨੇ ਯੂਟਿਊਬ ਅੱਜ ਵਲੋਗ ਵੀ ਅਪਲੋਡ ਕੀਤਾ ਆਪਾਂ ਆਹ ਵੀ ਅਪਲੋਡ ਹੋ ਜਾਣਾ ਮੈਂ ਕੱਲ੍ਹ ਨੂੰ ਠੀਕ ਆ ਅਤੇ ਬਸ ਹੁਣ ਕੰਟੀਨਿਊ ਕੰਮ ਚੱਲਣਾ ਧੱਕ ਪੈਣੀ ਆ ਪੂਰੀ ਬਾਕੀ ਡ੍ਰਿਪੀ ਨੇ ਹੱਥ ਪਾਈ ਹੋਈ ਆ ਪੂਰੀ ਡ੍ਰਿਪੀ ਗਾਣਾ ਕਿੰਨਾ ਸਮੂਥ ਗਾਣਾ ਕਿੰਨੀ ਸੱਚਾਈ ਓਹਦੇ ਵਿਚ ਕਿੰਨੀ ਸੱਚਾਈ ਆ ਐ ਲੱਗਦਾ ਬੀ ਚੱਲ ਹੁਣ ਆਪਾਂ ਸਿੱਧੂ ਮੂਸੇਵਾਲੇ ਵਾਲੇ ਥੋੜਾ ਜਿਹਾ ਟਾਕ ਕਰ ਲਈਏ ਉਹ ਪਾਰਟ ਗਿਆ ਹੁਣ ਆਪਾਂ ਸਿੱਧੂ ਮੂਸੇਵਾਲੇ ਥੋੜੀਆਂ ਗੱਲਾਂ ਕਰ ਲਈਏ ਮੈਨੂੰ ਐਂ ਲੱਗਦਾ ਸਲੀਮੇ ਹਾਂ ਬਾਈ ਜਦੋਂ ਉਹਦੀ ਆਵਾਜ਼ ਕੰਨਾਂ 'ਚ ਪੈਂਦੀ ਆ ਨਾ ਗਾਣੇ ਗਾਉਂਦਾ ਇੱਕ ਅਣਖ ਗਾ ਰਹੀ ਆ ਇੱਕ ਸੱਚ ਗਾ ਰਿਹਾ ਵਾ ਇੱਕ ਦਲੇਰੀ ਗਾ ਰਹੀ ਆ ਹੈਂ ਇੱਕ 6 ਫੁੱਟਾ 6.5 ਫੁੱਟਾ ਸਰੀਰ ਗਾ ਰਿਹਾ ਗਾਣਾ ਉਹਨੂੰ ਸੂਟ ਕਰ ਰਿਹਾ ਮਤਲਬ ਇੰਨਾ ਕੰਬੀਨੇਸ਼ਨ ਉਹ ਬੰਦੇ ਦਾ ਬਈ ਸੱਚ ਵਾਲਾ ਹੈ ਫੇਰ ਜਿਹੜਾ ਲਾਸਟ ਤੇ ਮੈਨੂੰ ਐਂ ਲੱਗਦਾ ਵੀ ਮੌਤ ਗਾਣੇ ਗਾ ਰਹੀ ਆ ਜਿਵੇਂ ਬਾਪੂ ਨੇ ਉਹਦੇ ਨੇ ਦੱਸਿਆ ਬਈ ਇੱਥੇ ਕਰਕੇ ਆਇਆ ਹੋਇਆ ਇੱਥੇ ਆਇਆ ਹੋਇਆ ਅੱਜ ਨਿਕਲ ਕੇ ਗੱਲਾਂ ਆਉਂਦੀਆਂ ਹੁਣ ਤਾਂ ਕਦੇ ਬੋਲਿਆ ਨੀ ਮੌਤ ਤਾਂ ਉਹਦੇ ਪਿੱਛੇ ਬਹੁਤ ਟਾਈਮਾਂ ਤੋਂ ਸੀ ਉਹੀ ਮੂਹਰੇ ਭਜਾਈ ਫਿਰਦਾ ਸੀ ਨਚਾਈ ਬਹੁਤ ਉਹਨੇ ਚਲੋ ਕੋਈ ਗੱਲ ਨੀ ਇੱਕ ਅੱਧਾ ਦਾ ਲੱਗ ਜਾਂਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਉਹਦਾ ਦਾ ਲੱਗ ਗਿਆ ਕੋਈ ਗੱਲ ਬਟ ਬਾਈ ਇੱਕ ਗੱਲ ਹੋਰ ਕਹਿੰਦਾ ਉਹਦੀ ਮੌਤ ਤੇ ਹੀ ਜੇ ਰਹਿਣਾ ਜੇ ਜਿਉਣਾ ਜਾਂ ਜੇ ਨਾ ਕਮਾਉਣਾ ਤਾਂ ਸਿੱਧੂ ਵਾਂਗੂ 2-4 ਸਾਲ ਰਹਿਣਾ ਤੇ ਸਾਰੀ ਉਮਰ ਨਾ ਬਾਈ ਦਾ ਆਪਾਂ ਫੈਨ ਆ ਸਾਰੀ ਉਮਰ ਲਈ ਹੈ ਰਹਿਣਾ ਆਏ ਰਵੇ ਜ਼ਿੰਦਗੀ ਦੇ ਵਿੱਚ ਨਹੀਂ ਤਾਂ ਜਿਉਣ ਦਾ ਕੋਈ ਫਾਇਦਾ ਨਹੀਂ ਹੈ ਨਾ ਕੋਈ ਫਾਇਦਾ ਨਹੀਂ ਜੋ ਬੋਲ ਲਿਖੇ ਪਗਾਏ ਜੱਟ ਨੇ ਹੈ ਪਗਾਏ ਜਹਿਜਾ ਆਪਸੀ ਬਾਈ ਉਹੀ ਲੈਦਾ ਸੀ ਉਹ ਆਪਦੇ ਤੇ ਗਾਣੇ ਲੈਦਾ ਸੀ ਮੈਂ ਤਾਂ ਉਹਨੂੰ ਕੋਈ ਫੋਨ ਕਰਕੇ ਵੀਡੀਓ ਤੇ ਗਾਣਾ ਕੱਢਦਾ ਸੀ ਉਹੀ ਲਿਖਦਾ ਸੀ ਉਹ ਗਲਤ ਨਹੀਂ ਲਿਖਦਾ ਸੀ ਮੈਂ ਤਾਂ ਇਹ ਹੈਰਾਨ ਆ ਆਹ ਗਾਣਾ ਸੁਣ ਕੇ ਤਾਂ ਵੈਰੀ ਹੋਰ ਵੀ ਡਰ ਗਏ ਹੋਣੇ ਆ ਵੀ ਸਾਰੇ ਵਧੀਆ ਮਾਰਤਾ ਵਧੀਆ ਮਾਰਤਾ ਵੈਰੀ ਕੀ ਹੁਣ ਨਾਂ ਲਈਏ ਕੌਣ ਕੌਣ ਡਰਿਆ ਹੋਣਾ ਹਨਾ ਸਹੀ ਗੱਲ ਆ ਵੀ ਵਧੀਆ ਮਾਰਤਾ ਨਾਲੇ ਆਹ ਗਾਣੇ ਦੀ ਇੰਨੀ ਹਾਈਪ ਨਹੀਂ ਹੋਈ ਸੀਗੀ ਇਹ ਗਾਣੇ ਦਾ ਸਿੰਗਲ ਲਫ਼ਜ਼ ਵੀ ਇੱਕ ਲੀਕ ਨਹੀਂ ਸੀਗਾ ਨਹੀਂ ਲੀਕ ਹਨਾ ਤੇ ਇਹਦੀ ਹਾਈਪ ਵੀ ਨਹੀਂ ਹੋਈ ਸੀਗੀ ਵੀ ਅਸੀਂ ਲਾਂਚ ਕਰਨ ਜਾ ਰਹੇ ਹਾਂ ਜਾਂ ਅਸੀਂ ਇਹ ਦੱਸਿਆ ਮੈਂ ਰਾਤ ਨੂੰ ਦੱਸਿਆ ਮੈਂ ਰਾਤ ਨੂੰ ਇੱਕ ਮੈਸੇਜ ਆਇਆ ਹੋਇਆ ਸੀਗਾ ਵੀ ਕੱਲ ਨੂੰ ਲਾਂਚ ਹੋ ਰਿਹਾ ਗਾਣਾ ਸਾਡੇ ਇੱਕ ਦਿਨ ਪਹਿਲਾਂ ਨੋਟੀਫਿਕੇਸ਼ਨ ਉਹ ਆਨ ਕੀਤੀ ਆ ਮੈਂ ਤੇ ਨੋਟੀਫਿਕੇਸ਼ਨ ਆਈ ਆ ਲਾਈਵ ਇੱਕ ਦਿਨ ਪਹਿਲਾਂ ਹੀ ਬਹੁਤ ਜ਼ਿਆਦਾ ਰਸ਼ ਪਿਆ ਸੀ ਯੂਟਿਊਬ ਤੇ ਹੈ ਤੇ ਇਹੋ ਜਿਹੀ ਮਤਲਬ ਕੀ ਚੀਜ਼ ਸੀ ਯਾਰ ਉਸ ਲਈ ਪਤਾ ਨੀ ਕਿਉਂ ਇੰਨਾ ਪਿਆਰ ਮਰਨ ਤੋਂ ਬਾਅਦ ਖਤਮ ਹੋ ਜਾਂਦਾ ਇੱਕ ਤਾਂ ਯਾਰ ਹੋਣਾ ਨਾ ਖੜ ਕੇ ਜਦੋਂ ਆਪਾਂ ਸਭਾ ਚ ਬੋਲਦੇ ਆ ਵਿਰੋਧੀ ਵੀ ਚੰਗਾ ਹੀ ਬੋਲਦਾ ਨਹੀਂ ਉਹ ਵਾਲੇ ਵਿਰੋਧੀ ਨੀ ਉਹਦੇ ਹੱਕ ਦੇ ਹੋਏ ਮੈਂ ਦੇਖਿਆ ਅਗਲੇ ਗਾਣੇ ਸੁਣਨ ਲੱਗ ਗਏ ਉਹਦੇ ਸੱਚਾਈ ਪਤਾ ਲੱਗੀ ਵੀ ਯਾਰ ਇਹ ਤਾਂ ਆਹ ਚੀਜ਼ ਗਾਉਂਦਾ ਸੀ ਇਹ ਬੰਦਾ ਗਲਤ ਮਰ ਗਿਆ ਨਾ ਚਲੋ ਕੋਈ ਗੱਲ ਨਹੀਂ ਫਿਰ ਦੇਖਦੇ ਹਾਂ ਵੈਸੇ ਇਹ ਉੱਪਰ ਵਾਲੇ ਨੇ ਉਹ ਤੋਂ ਕਰਾਇਆ ਸਾਰਾ ਕੁਛ ਬੰਦਾ ਗਾਣੇ ਰਿਕਾਰਡ ਕਰਕੇ ਰੱਖ ਕੇ ਗਿਆ ਹੋਇਆ ਵਾ ਹਨਾ 5-7 ਸਾਲ ਬਾਪੂ ਉਹਦਾ ਕਹਿੰਦਾ ਚੱਲੂਗਾ ਤੇ ਇਹ ਤਾਂ ਫਰੈਸ਼ ਚੱਲੂ 5-7 ਸਾਲ ਰਾਹ ਤਾਂ ਲੱਗਣ ਨਹੀਂ ਦਿੰਦਾ ਬਿੱਲ ਬੋਰਡ ਤੇ ਤਾਂ ਕੱਪੜਾ ਮਾਰਨਾ ਹੀ ਪੈਣਾ ਅੱਜ ਵੀ ਕੱਲ ਵੀ ਮਾਰਿਆ ਹੁਣ ਚੜ ਗਿਆ ਅੱਜ ਉਹ ਹਨਾ ਸਹੀ ਗੱਲ ਤੇ ਇੱਕ ਗੱਲ ਹੋਰ ਕੰਮ ਆਈ ਸਾਲ ਹੋ ਗਿਆ ਉਮਰ ਇਹਨੂੰ 1.5 ਸਾਲ 2 ਸਾਲ ਹੋਣ ਦੇ ਗੇੜ ਆ ਵੀ ਉਹ ਮਰ ਗਿਆ ਉਹਦੀ ਰਾਈਟਿੰਗ ਉਹਦੇ ਗਾਣੇ ਵਰਗਾ ਗਾਣਾ ਨੈਕਸਟ 5 ਸਾਲ ਤਾਂ ਮੈਨੂੰ ਕੋਈ ਦੇਖਦਾ ਨਹੀਂ ਆਜੂਗਾ
चंगे तो चंगे गाने ला लो शब्द गाया होया ला लो जिहड़ा इस टाइम सानू फेमस आपां नूं वधिया लगदा जी चोने झाड़े साहब नूं बहुत गाने गा गया बहुत गाने गा गया अगे आ जाने पांच सात साल तक बथेरे बापू ने कढ़ी जाने ओहदे ने है कि नहीं भाई बाकी सिद्धू मूसे वाले दे बापू लई ओहदे प्यो लई दुआ करो सारे जाने तंदुरुस्ती ओहदी सेहत लई कुछ होवे ना सारा कुछ वधिया जावे ठीक है निजाम ओहदा वधिया रहे मार जा रहा बापू तां दुआवां ओहदे नाल क्योंकि ओहने ही केस लड़ने आ सारा टब्बर ही लड़दा हुंदा वा असली दा गेम ओहने ही पाउणी आ आपां तां सपोर्ट कर सकदे आ ऐ बहि के बस दुबई दे ट्रैफिक तो कदे राहत मिलू आपां नूं सवेरे निकल 6 बजे ता ट्रैफिक 8 बजे ता ट्रैफिक 12 बजे ता ट्रैफिक अज आपां शाम दे जां रात दे ला लो 8 बजे निकल रहे हां ता सेम ट्रैफिक हुण की करिए यार तू रात नूं 11 12 बजे भी आएगा ना तेनूं ट्रैफिक मिलू इधर नहीं मिलू तो उधर मिल जू ओ दोनों अज तो दोनों लेना बिजी आ सब बिजी है यार चारे दोनों साइडा बिजी अज हुण अज इह की छुट्टियां एंजॉय करन चले आ मैनूं लगदा इह कैंपेन करन कल नूं संडे आ सैटरडे मनाउण चले आ बस बट एट द एंड की ट्रैफिक है ना हां ट्रैफिक ही है मिलदा ही मिलदा